ਲਾਉਣਾ ਥੋੜਾ ਜਿਹਾ ਹੈਲਦੀ ਵੀ ਲਾਇਆ ਜਾਵੇ ਕਿਉਂਕਿ ਕਈ ਪਕੌੜਿਆਂ ਦਾ ਲਾ ਲੈਂਦੇ ਆ ਤਲੀਆਂ ਚੀਜ਼ਾਂ ਦਾ ਲਾ ਲੈਂਦੇ ਆ ਜਿਹੜਾ ਕਿਸੇ ਸਿਹਤ ਲਈ ਸਹੀ ਵੀ ਨਹੀਂ ਹੁੰਦਾ ਪਰ ਬਾਈਆਂ ਨੇ ਦੱਸਿਆ ਵੀ ਅਸੀਂ ਸ਼ਕਰਕੰਦੀ ਦੀ ਲਾਈ ਇੱਕ ਹੈਲਦੀ ਫੂਡ ਆ ਇਹ ਵੀ ਹੈਲਦੀ ਚੀਜ਼ ਹੈਗੀ ਹੈ ਅਤੇ ਮੈਂ ਜੋ ਵੀ ਸੇਵਾਦਾਰ ਲੰਗਰ ਲਾਉਂਦੇ ਆ ਹਾਂ ਤੁਹਾਡੀ ਮੰਨਦੇ ਆ ਬਹੁਤ ਵਧੀਆ ਸ਼ਰਧਾ ਹੈਗੀ ਆ ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਵੀ ਜੇ ਕੋਈ ਚੀਜ਼ ਹੈਲਦੀ ਦੀ ਲੱਗਦੀ ਹੈ ਤਾਂ ਇੱਕ ਬਹੁਤ ਵਧੀਆ ਗੱਲ ਬਣ ਜਾਂਦੀ ਹੈ ਕਿਉਂ ਤੁਸੀਂ ਦੱਸਿਆ ਸੀਗਾ ਜੀ ਹੈਲਦੀ ਚੀਜ਼ ਆ ਕੀ ਕੁਛ ਇਹਦੇ 'ਚ ਸ਼ਕਰਕੰਦੀ 'ਚ ਡਿਫਰੈਂਟ ਚੀਜ਼ਾਂ ਹੁੰਦੀਆਂ ਜਿਹੜੀਆਂ ਫਾਸਟ ਫੂਡ ਨਾਲ ਡਿਫਰੈਂਟ ਇੱਦਾਂ ਹੁੰਦੀਆਂ ਜੀ ਇਹ ਤਾਂ ਜਿੱਦਾਂ ਹੁਣ ਅੱਜ ਕੱਲ੍ਹ ਆਪਣੀ ਕਮਿਊਨਿਟੀ ਤੁਹਾਨੂੰ ਪਤਾ ਮੋਸਟਲੀ ਡਰਾਈਵਰ ਆ ਜਾਂ ਘਰ ਰਹਿੰਦੇ ਆ ਤਾਂ ਬੀਪੀ ਬੂਪੀ ਦੀ ਪ੍ਰੋਬਲਮ ਆਉਂਦੀ ਹੈ ਉਹ ਚੀਜ਼ ਨੂੰ ਮੇਨ ਰੱਖ ਕੇ ਦਿਮਾਗ 'ਚ ਇਹ ਚੀਜ਼ ਵੱਲ ਆਪਾਂ ਗਏ ਹਾਂ ਕਿ ਜਿਹੜਾ ਵੀ ਖਾਊਗਾ ਇੱਕ ਤਾਂ ਹੈਲਦੀ ਆ ਸਿੰਘਾਂ ਨੇ ਬਹੁਤ ਪਸੰਦ ਕੀਤੀ ਜਿਹੜੇ ਵੈਜੀਟੇਰੀਅਨ ਨੇ ਨਾ ਲੋਕ ਉਹਨਾਂ ਨੇ ਬਹੁਤ ਪਸੰਦ ਕੀਤੀ ਟਿੱਕੀਆਂ ਟੁੱਕੀਆਂ ਤਾਂ ਖਾਂਦੇ ਆ ਇਸ ਕਰਕੇ ਸ਼ਕਰਕੰਦੀ ਦਾ ਆਪਾਂ ਹੌਸਲਾ ਤਾਂ ਵਾ ਪਹਿਲੀ ਵਾਰੀ ਲੰਗਰ ਲਾਇਆ ਕਿਉਂਕਿ ਆਪਾਂ ਸੁਣਦੇ ਆਪਣੇ ਬਜ਼ੁਰਗਾਂ ਕੋਲ ਲੰਗਰ ਲਾਉਂਦੇ ਆ ਆਪਾਂ ਪਹਿਲੀ ਵਾਰੀ ਲਾਇਆ ਇੱਥੇ ਉੱਦਾਂ ਆਪਾਂ ਕ੍ਰਿਕਟ ਖੇਡਦੇ ਉਹਦੇ ਸੰਬੰਧ 'ਚ ਜਿੱਦਾਂ ਗਰੁੱਪ ਬਣਾਇਆ ਇੱਕ ਅਤੇ ਫਿਰ ਆਪਾਂ ਲੰਗਰ ਲਾਇਆ ਜੀ ਹਾਂ ਖੁਸ਼ੀ ਬੜੀ ਕਿ ਆਪਾਂ ਲੰਗਰ ਲਾਇਆ ਸਮਝਦੇ ਗੱਲ ਨੂੰ ਤੁਹਾਡੇ ਚਿਹਰੇ ਤੋਂ ਪਤਾ ਲੱਗਦਾ ਜੀ ਅਸੀਂ ਤਾਂ ਐਨ ਰੰਗ ਚੜਿਆ ਪਿਆ ਮਹਾਰਾਜ ਦਾ ਪੂਰਾ ਪੂਰਾ ਜੋਰਾਂ ਸ਼ੋਰਾਂ 'ਤੇ ਹੈ ਕੰਮ ਅਤੇ ਬਹੁਤ ਵਧੀਆ ਜੀ ਅਤੇ ਹੈਲਦੀ ਇੱਕ ਸਭ ਤੋਂ ਵੱਡੀ ਚੀਜ਼ ਪਤਾ ਕੀ ਆ ਤੁਸੀਂ ਹੈਲਦੀ ਸੋਚਿਆ ਬਿਲਕੁਲ ਜੀ ਇੱਕ ਅੱਜ ਦੇ ਟਾਈਮ ਤੁਹਾਨੂੰ ਪਤਾ ਹੀ ਬਿਮਾਰੀਆਂ ਦਾ ਕਿੰਨਾ ਜ਼ੋਰ ਚੱਲਦਾ ਪਿਆ ਜੀ ਉਹ ਸਾਰੀ ਚੀਜ਼ ਨੂੰ ਨੋਟ ਕਰਕੇ ਮੱਦੇਨਜ਼ਰ ਰੱਖ ਕੇ ਅਸੀਂ ਇੱਕ ਇਹੋ ਜਿਹੀ ਸਿਲੈਕਸ਼ਨ ਕੀਤਾ ਵੀ ਆਪਾਂ ਹੈਲਦੀ ਫੂਡ ਦਾ ਤਿਆਰ ਕੀਤਾ ਜਾਵੇ ਜਿਹਦੇ ਨਾਲ ਦੁੱਧ ਕੀਤਾ ਗਿਆ ਸਪੈਸ਼ਲੀ ਤਿਆਰ ਜਿਹਦੇ ਵਿੱਚ ਕੇਸਰ ਪਾਇਆ ਗਿਆ ਬਦਾਮ ਪਾਇਆ ਗਿਆ ਛੋਟੀ ਇਲਾਇਚੀ ਪਾਈ ਗਈ ਵੀ ਇਹਨੂੰ ਆਪਾਂ ਦੁੱਧ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਵੇਂ ਆਪਾਂ ਕਹਿੰਦਾ ਬੁਢਾਪੇ ਦੇ ਵਿੱਚ ਪੀਂਦੇ ਹਾਂ ਜਿਹਦਾ ਆਪਣੇ ਗੋਡੇ ਦਰਦ ਸਾਰਾ ਕੁਝ ਦੂਰ ਹੁੰਦਾ ਤਾਂ ਇਹਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਕਿ ਜਿਹਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਸਾਨੂੰ ਇੱਥੋਂ ਹਾਂਜੀ ਹਾਂਜੀ ਸੰਗਤ ਨੇ ਬਹੁਤ ਸਲਾਇਆ ਜੀ ਜਿੰਨਾ ਵੀ ਲੰਗਰ ਸੀਗਾ ਸਾਰੇ ਲੋਕਾਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਅਸੀਂ ਵੱਧ ਚੜ ਕੇ ਹੋਰ ਸੇਵਾ ਕਰਾਂਗੇ ਬਹੁਤ ਵਧੀਆ ਜੀ ਅਤੇ ਚੰਗੇ ਮਨ ਸਹੀ ਮਨ ਜਿਹੜਾ ਸੇਵਾ ਕਰਨ ਦੀ ਆਪਣੇ ਬਜ਼ੁਰਗ ਕਰਦੇ ਆ ਸਾਨੂੰ ਆਪਾਂ ਆਉਂਦੇ ਸੀ ਪਹਿਲਾਂ ਖਾ ਕੇ ਚਲੇ ਜਾਂਦੇ ਸੀ ਅੱਜ ਪਹਿਲੀ ਵਾਰੀ ਪਤਾ ਲੱਗਾ ਕਿ ਸੇਵਾ ਲੰਗਰ ਕਿਵੇਂ ਮੇਨਟੇਨ ਕਰਨਾ ਰਾਤ ਦੇ ਆਏ ਕੰਮ ਕਰਦੇ ਵੀ ਇੱਥੇ ਬਹੁਤ ਜ਼ਿਆਦਾ ਖੁਸ਼ੀ ਜੀ ਪੱਬਾਂ ਦੇ ਅਤੇ ਤੁਸੀਂ ਜਿਵੇਂ ਕਹਿ ਹੀ ਦਿੱਤਾ ਜੀ ਸਾਰਿਆਂ ਦੇ ਚਿਹਰਿਆਂ ਉੱਤੇ ਨੂਰ ਆ ਜੀ ਦੋ ਦਿਨ ਹੋ ਗਏ ਜੀ ਕਿਸੇ ਵੀ ਸੇਵਾਦਾਰ ਨੇ ਸੌਂ ਕੇ ਨਹੀਂ ਦੇਖਿਆ ਪੂਰੀ ਰਾਤ ਸੇਵਾ ਚੱਲਦੀ ਰਹੀ ਹੈ ਜੀ ਪੂਰਾ ਦਿਨ ਚੱਲਦੀ ਰਹੀ ਹੈ ਜੀ ਪਰ ਫਿਰ ਵੀ ਕਿਸੇ ਨੇ ਸੇਵਾ ਵੱਲੋਂ ਕੋਈ ਘਾਟ ਨਹੀਂ ਆਈ ਜੀ ਸਾਰੇ ਵੱਧ ਚੜ ਕੇ ਸੇਵਾ ਕੀਤੀ ਆ ਜੀ ਪੂਰਾ ਹੰਗਾਰਾ ਦਿੱਤਾ ਜੀ ਜੋਸ਼ ਪੋਸ਼ ਪੂਰਾ ਜੀ ਹਜੇ ਵੀ ਸਾਰਿਆਂ ਦੇ ਮੈਂ ਵੀ ਇਹੀ ਉਮੀਦ ਕਰਦਾ ਵੀ ਰੱਬ ਜਿਵੇਂ ਤੁਹਾਡੇ 'ਚ ਯੂਨਿਟੀ ਆ ਨਾ ਮੈਂ ਇੱਕ ਯੂਨਿਟੀ ਜੀ ਦੇਖੀ ਆ ਬੜਾ ਪਿਆਰ ਜਿਹਾ ਦੇਖਿਆ ਅਸੀਂ ਰੱਬ ਤੁਹਾਡੇ 'ਚ ਬਣਾਈ ਰੱਖੇ ਜੀ ਜੀ ਥੈਂਕ ਯੂ ਜੀ ਲੰਗਰਾਂ ਦੇ ਵਿੱਚੋਂ ਇੱਕ ਅਨੋਖਾ ਜਿਹਾ ਲੰਗਰ ਮੈਂ ਵੇਖਿਆ ਉਹ ਹੈਗਾ ਸ਼ਕਰਕੰਦੀ ਦਾ ਅਤੇ ਬਾਈ ਹੁਰਿਆਂ ਤੋਂ ਪੁੱਛਦੇ ਹਾਂ ਵੀ ਇਹ ਵਿਚਾਰ ਕਿਵੇਂ ਦਿਮਾਗ 'ਚ ਆਇਆ ਜਾਂ ਪਹਿਲਾਂ ਵੀ ਕਿਤੇ ਲਾਇਆ ਅਤੇ ਕੀ ਇੱਥੇ ਸ਼ਕਰਕੰਦੀਆਂ ਆਸਾਨੀ ਨਾਲ ਮਿਲ ਜਾਂਦੀਆਂ ਅਤੇ ਤੁਸੀਂ ਗੱਲ ਕਰਨਾ ਚਾਹੋਗੇ ਭਾਅ ਜੀ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਜ਼ਿਆਦਾ ਇੱਥੇ ਗੁਰਪੁਰਬ ਦੀਆਂ ਮੁਬਾਰਕਾਂ ਔਰ ਨਗਰ ਕੀਰਤਨ ਦੀਆਂ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਇੱਥੇ ਬਹੁਤ ਵਧੀਆ ਸਾਰੀ ਸੰਗਤ ਸੰਯੋਗ ਨਾਲ ਬਹੁਤ ਵਧੀਆ ਲੰਗਰ ਲਾਇਆ ਹੋਇਆ ਜੀ ਪਾਪੜੀ ਚਾਹ ਪਾਪੜੀ ਸੋਰੀ ਪੀਜ਼ਿਆਂ ਦਾ ਬਹੁਤ ਕਾਫੀ ਹੁੰਦਾ ਹੈਗਾ ਪਰ ਜਿਹੜਾ ਤੁਸੀਂ ਜਿਹੜਾ ਲੰਗਰ ਲਾਇਆ ਜੀ ਇੱਕ ਡਿਫਰੈਂਟ ਜਿਹਾ ਹੈਗਾ ਪਹਿਲਾਂ ਮੈਂ ਕਿਤੇ ਜ਼ਿਆਦਾ ਦੇਖਿਆ ਨਹੀਂ ਹੈਗਾ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਸ਼ਕਰਕੰਦੀ ਦਾ ਲਾਉਣਾ ਜਾਂ ਸ਼ਕਰਕੰਦੀ ਇੱਥੋਂ ਇੰਡੀਆ ਤੋਂ ਐਕਸਪੋਰਟ ਕਰਨੀ ਪੈਂਦੀ ਜਾਂ ਇੱਥੇ ਆਸਾਨੀ ਨਾਲ ਮਿਲ ਜਾਂਦੀ ਭਾਅ ਜੀ ਇੱਥੇ ਸਭ ਕੁਝ ਆਸਾਨੀ ਨਾਲ ਮਿਲ ਜਾਂਦਾ ਜੀ ਠੀਕ ਆ ਜੀ ਸਾਡੇ ਜੋ ਪੰਜਾਬੀ ਭਜਾ ਆ ਭਰਾ ਆ ਸਾਰੇ ਮਤਲਬ ਬਹੁਤ ਜ਼ਿਆਦਾ ਸਪੋਰਟ ਉਹਨਾਂ ਦੀ ਸਾਰੇ ਭਰਾਵਾਂ ਦੇ ਨਾਲ ਹੀ ਅਸੀਂ ਰਲ ਕੇ ਸਾਰਿਆਂ ਨੇ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਨਾਲ ਲੰਗਰ ਲਗਾਇਆ ਹੋਇਆ ਜੀ ਪਰਮਾਤਮਾ ਇੱਦਾਂ ਹੀ ਹਰ ਇੱਕ ਨੂੰ ਤਰੱਕੀ ਬਖਸ਼ੇ ਔਰ ਵਧੀਆ ਸੰਯੋਗ ਪਰਮਾਤਮਾ ਦੇ ਨਾਲ ਸਾਰਿਆਂ ਨੂੰ ਤਰੱਕੀ ਵਿੱਚ ਬਖਸ਼ੇ ਔਰ ਸਾਰੇ ਸੰਯੋਗ ਕਰਦੇ ਰਹਿਣ ਜੀ ਅਤੇ ਬਾਈ ਤੁਸੀਂ ਸਾਰਿਆਂ ਨੇ ਮਿਲ ਕੇ ਲਾਇਆ ਤੁਸੀਂ ਬੋਲਣਾ ਚਾਹੋਗੇ ਭਾਅ ਜੀ ਕੁਛ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਜੀ ਲੰਗਰ ਜਿਵੇਂ ਸਾਰੇ ਵੀਰਾਂ ਨੇ ਰਲ ਕੇ ਜਿਵੇਂ ਕਹਿ ਲਓ ਵੀ ਮਾਇਆ ਇਕੱਠੀ ਕਰਕੇ ਥੋੜ੍ਹੀ ਥੋੜ੍ਹੀ ਆਪਦੇ ਕਹਿ ਲਓ ਵੀ ਕਮਾਈ ਦੇ ਵਿੱਚੋਂ ਅਤੇ ਰਲ ਕੇ ਲਾਇਆ ਜਿਵੇਂ ਕਹਿ ਲਓ ਸ਼ਕਰਕੰਦੀ ਹੋ ਗਈ ਆਲੂ ਹੋ ਗਏ ਛੋਲੇ ਹੋ ਗਏ ਗੰਢੇ ਹੋ ਗਏ ਜਿਵੇਂ ਸਾਰਾ ਕੁਝ ਮਿਕਸ ਕਰਕੇ ਜਿਵੇਂ ਕਹਿ ਲਓ ਪਾਪੜੀ ਚਾਟ ਜੀ ਬਣਾ ਕੇ ਨਾਲ ਦੁੱਧ ਦਾ ਬਦਾਮਾਂ ਵਾਲੇ ਦਾ ਲੰਗਰ ਲਾਇਆ ਜੀ ਹਾਂਜੀ ਸ਼ਕਰਕੰਦੀ ਵਾਲਾ ਵੀਰੇ ਜਿਵੇਂ ਕਹਿ ਲਓ ਵੀ ਹਰ ਇੱਕ ਥਾਂ 'ਤੇ ਜਾਈਦਾ ਜੀ ਪਰ ਕਿਤੇ ਵੇਖਿਆ ਨਹੀਂ ਗਾ ਬਾਕੀ ਮੇਲਿਆਂ ਦੇ ਉੱਤੇ ਅਤੇ ਇੱਥੇ ਜਿਵੇਂ ਮੰਨ ਲਓ ਵੀ ਇੰਡੀਆ ਵੀ ਦੇਖਿਆ ਸੀਗਾ ਵੀ ਇੰਡੀਆ ਵੀ ਲਾਉਂਦੇ ਸੀਗੇ ਲੰਗਰ ਅਤੇ ਇੱਥੋਂ ਵੀ ਜਿਵੇਂ ਕਹਿ ਲਓ ਫਿਰ ਦਿਮਾਗ 'ਚ ਆਇਆ ਜਿਵੇਂ ਸਾਰੇ ਵੀਰਾਂ ਨੇ ਸੋਚ ਕੇ ਅਤੇ ਸਲਾਹ ਕਰਕੇ ਫਿਰ ਮੰਨ ਲਓ ਵੀ ਕਿਉਂਕਿ ਬਾਕੀ ਸਾਰਾ ਕੁਛ ਹੈਗਾ ਸੀਗਾ ਸ਼ਕਰਕੰਦੀ ਹੈ ਨਹੀਂ ਜੀ ਅਤੇ ਬਹੁਤ ਸੋਹਣਾ ਕਨਸੈਪਟ ਹੈ ਕਿਉਂਕਿ ਮੈਂ ਪਿੱਛੇ ਜੇ ਦੇਖਿਆ ਸੀ ਇੱਕ ਕਿਸੇ ਨੇ ਮਾਲਪੂੜੇ ਦਾ ਲੰਗਰ ਲਾਇਆ ਸੀਗਾ ਕਿਸੇ ਨੇ ਅਜੇ ਤੱਕ ਨਹੀਂ ਲਾਇਆ ਅਤੇ ਇਹ ਵੀ ਇੱਕ ਸੋਹਣਾ ਕਨਸੈਪਟ ਹੈ ਅਤੇ ਮੈਂ ਨਾ ਵੀ ਹੋਰ ਵੀ ਜਿਹੜੇ ਜਿਹੜੇ ਲੰਗਰ ਲਾਉਣ ਦੇ ਚਾਹਵਾਨ ਸੇਵਾਦਾਰ ਆ ਇੱਕ ਵਾਰੀ ਸਾਰੀ ਕਮੇਟੀ ਨਾਲ ਗੱਲਬਾਤ ਕਰ ਲਿਆ ਕਰਨ ਵੀ ਸਾਡੇ ਨਾਲ ਦਾ ਲੰਗਰ ਕਿਸੇ ਹੋਰ ਨੇ ਤਾਂ ਨਹੀਂ ਲਾਇਆ ਅਸੀਂ ਹੋਰ ਟਾਈਪ ਦਾ ਲਾਉਣਾ ਚਾਹੀਦਾ ਰਹਿੰਦਾ ਵੀਰੇ ਫਿਰ ਪਤਾ ਕੀ ਹੁੰਦਾ ਜਿਵੇਂ ਕਹਿ ਲਓ ਵੀ ਆਪਾਂ
जो मतलब सेम लंगर हो जाता वा फिर जिवें एको चीज़ मिली जाती फिर दूजी मिलती नहीं हूँ जिवें कह लो भी कई हूँ पीजे का लाते हैं पीजे वाला दो तीन थावे आ छोले भटूर का वो भी दो तीन थावे आ ये जिवें हूँ शकरगंदी का एक ही आ स्टॉल इदा फिर जिवें कह लो सारिया डिफरेंट डिफरेंट वरायटियां हो जाए फिर थोड़ा ईजी हो जाता चलो सारी संगत वास्ते चलो तुहानू पता ही है यही मिले इतने अपने यो रौनक तुहानू पता होर तो कितने कट्ठे हो जाता सबाब ही है कि गुरु महाराज का बंदा तो सानू बहुत माण है जी तुसी साडे पंजाबी भरा साडे अपना सेवादार बहुत मेहरबानी भाई जी डर के वीरां करके है जी होर भाई जी कुछ तुसी कोई बोलना चाहोगे वाहेगुरु जी का खालसा वाहेगुरु जी।